ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਹ ਜਾਫੀ ਥੋੜ੍ਹਾ ਹੀ ਲੱਗਦਾ ਜੇ ਰੇਡਰ ਬਾਹਲੇ ਐਮਲਾ ਦਾ। ਚੱਲ ਚੱਲ ਲਓ ਜੀ, ਦੇਖੋ ਆਪਣਾ ਗਰਾਊਂਡ। ਜਾਂ ਪਾਣੀ ਫੜਾ ਦਿਓ ਉਹਨਾਂ ਨੂੰ, ਅੰਦਰੋਂ ਭਰ ਲਈ। ਨਹੀਂ ਉਹ ਸਾਹਮਣੇ ਉਹਨਾਂ ਤੋਂ ਲਿਆ, ਟੈਂਕੀ ਤੋਂ ਭਰ ਲਓ। ਠੀਕ ਆ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਆਪਣੇ ਯਾਰ ਵੀਡੀਓ ਦੇਖੀ ਸੀ ਇੱਕ ਬਾਈ ਖੁਸ਼ੀ ਬਾਰੇ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਆ। ਸੋ ਆਪਣਾ ਉਹਦੇ ਬਾਰੇ ਗੱਲ ਕਰਨੀ ਸੀ ਵੀ ਜਿੱਦਾਂ ਕੁਛ ਕੁ ਸ਼ਰਾਰਤੀਆਂ ਸਰ ਨੇ ਹੈ ਨਾ ਬਾਈ ਦੀ ਵੀਡੀਓ ਵਾਇਰਲ ਕਰਤੀ ਆ ਕਿ ਜੀ ਉਸ ਬੰਦਾ ਕੁਚਲ ਦੇਣਾ ਸੀ, ਉਹਨੇ ਬੰਦੇ ਦੇ ਉੱਪਰ ਦੀ ਗੱਡੀ ਲੰਘਾਉਂਦਾ ਸੀ। ਇੱਦਾਂ ਦਾ ਕੁਛ ਨਹੀਂ ਯਾਰ, ਧਾਰਨਾ ਲੱਗਿਆ ਸੀਗਾ ਅਤੇ ਇਹਨਾਂ ਦੇ ਨਾਲ ਸੀਗੀਆਂ ਗੱਡੀਆਂ, ਦੋ ਸੀ ਮੇਰਾ ਖਿਆਲ। ਉਹ ਗੱਡੀਆਂ ਧਾਰਨਾ ਹਜੇ ਲੱਗਣ ਲੱਗਦਾ ਸੀਗਾ, ਉਹ ਅੱਗੇ ਲੰਘ ਗਈਆਂ। ਅਤੇ ਖੁਸ਼ੀ ਜਦੋਂ ਆਇਆ ਉਹ ਲਾਉਣ ਹੀ ਲੱਗੇ ਸੀ ਤਾਂ ਉਦੋਂ ਕਿਸੇ ਬਜ਼ੁਰਗ ਨੇ ਖੁਸ਼ੀ ਨੂੰ ਦੇਖ ਕੇ ਨਾ ਪਛਾਣ ਲਿਆ ਵੀ ਇਹ ਖੁਸ਼ੀ ਆ, ਅਤੇ ਉਹਨੂੰ ਕਹਿੰਦਾ ਵੀ ਤੂੰ ਲੰਘ ਜਾ ਸਾਈਡ ਤੋਂ। ਉਹ ਲੰਘਣ ਲੱਗਿਆ ਸੀ ਅਤੇ ਅੱਗੋਂ ਕਿਸੇ ਨੇ ਬੋਨਟ ਦੇ ਕੇ ਮੁੱਕੀ ਮਾਰੀ ਜਾਂ ਸੀਸੇ ਉਸੇ ਦੇ ਮਾਰਨ ਲੱਗੇ, ਜੋ ਵੀ ਬਾਅਦ 'ਚ ਉਹਨਾਂ ਨੇ ਕੀਤਾ। ਅਤੇ ਬਾਅਦ ਦੇ ਵਿੱਚ ਉਹ ਉੱਦਾਂ ਹੀ ਇਸ਼ੂ ਬਣਾਤਾ ਇਹਨੂੰ ਧਰਮ ਦੇ ਨਾਂ ਨਾਲ ਜੋੜ ਕੇ। ਅਤੇ ਇੱਦਾਂ ਨਹੀਂ ਯਾਰ ਕਰਨਾ ਚਾਹੀਦਾ, ਬਾਕੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਖੁਸ਼ੀ ਕਿੱਦਾਂ ਦਾ, ਮਾੜਾ ਜਾਂ ਚੰਗਾ। ਉੱਦਾਂ ਜੋ ਕੋਈ ਵੀ ਬੰਦਾ ਮੈਂ ਹਾਂ, ਚਾਹੇ ਖੁਸ਼ੀ ਆ ਜਾਂ ਤੁਸੀਂ ਹੋ, ਕੋਈ ਵੀ ਸਾਰਿਆਂ ਲਈ ਆਪਾਂ ਚੰਗੇ ਨਹੀਂ ਹੋ ਸਕਦੇ, ਸਾਰਿਆਂ ਲਈ ਮਾੜੇ ਨਹੀਂ ਹੋ ਸਕਦੇ। ਜੇ ਹੁਣ ਆਪਣੀ ਕਿਸੇ ਨਾਲ ਹੈਗੀ ਹੈ ਗੁਰਾਂ ਜੱਸੀ ਆ ਜਾਂ ਆਪਾਂ ਜੈਲਸੀ ਕਰਦੇ ਹਾਂ, ਜੇ ਕੋਈ ਚੱਕਰ ਆ ਤਾਂ ਯਾਰ ਉਹਦੇ ਨਾਲ ਪਰਸਨਲੀ ਤੌਰ 'ਤੇ ਕਹਿ ਦਿਓ। ਜੇ ਕੋਈ ਗੱਲ ਹੈ ਤੁਹਾਨੂੰ ਲੱਗਦਾ ਵੀ ਜਾਂ ਉਹ ਤੁਹਾਡੇ ਬਾਰੇ ਚੰਗਾ ਮਾੜਾ ਬੋਲਦਾ, ਜਾਂ ਤੁਸੀਂ ਉੱਦਾਂ ਰੰਜਸ ਰੱਖਣੀ ਉਹਦੇ ਨਾਲ, ਉੱਦਾਂ ਦੇਖ ਲਓ ਧਰਮ ਦੇ ਨਾਂ ਨਾਲ ਜੋੜ ਕੇ ਹੈ ਨਾ ਕੋਈ ਇਸ਼ੂ ਬਣਾ ਕੇ ਕਿਸੇ ਗੱਲ ਦਾ, ਇਹ ਚੰਗੀਆਂ ਗੱਲਾਂ ਨਹੀਂ ਆ। ਸੋ ਭਰਾ ਆਪਣਾ ਖੁਸ਼ੀ ਬਹੁਤ ਵਧੀਆ ਇਨਸਾਨ ਆ, ਇੱਦਾਂ ਦੀ ਕੋਈ ਗੱਲ ਨਹੀਂ। ਅਤੇ ਬਾਕੀ ਮੇਰੇ ਦੱਸਣ ਨਾਲ ਕੁਝ ਜ਼ਿਆਦਾ ਨਹੀਂ ਹੋਣ ਲੱਗਾ, ਤੁਸੀਂ ਸਾਰੇ ਆਪ ਜਾਣਦੇ ਹਾਂ। ਮੇਰਾ ਲਾਈਵ ਹੋਣ ਦਾ ਮੇਨ ਇਹੀ ਰੀਜ਼ਨ ਸੀਗਾ, ਕਿਉਂਕਿ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਆ। ਕੋਈ ਵੀ ਆ, ਕੋਈ ਸਾਈਟ ਵਾਲਾ ਯੂਟਿਊਬ 'ਤੇ ਲਾ ਲਓ, ਹਰ ਬੰਦੇ ਨਾਲ ਉਹਦੇ ਵਿਊ 'ਤੇ ਮਤਲਬ ਹੈ, ਅਤੇ ਉਹਨਾਂ ਨੇ ਬਸ ਇਹ ਗੱਲਾਂ ਕਰੀ ਜਾਣੀਆਂ। ਸੋ ਭਰਾ ਬਣ ਕੇ ਇਹਨਾਂ ਗੱਲਾਂ ਤੋਂ ਗੁਰੇਜ਼ ਕਰਿਆ ਕਰੋ, ਇੱਦਾਂ ਦਾ ਕੁਛ ਵੀ ਨਾ ਕਰੋ। ਹੁਣ ਉਹ ਬੰਦੇ ਨੇ ਹਾਰਡ ਵਰਕ ਕੀਤਾ, ਉਹਦਾ ਨਾਂ ਬਣਾਇਆ ਨਾ, ਉਹ ਕੋਈ ਜੋਬ ਨਹੀਂ ਉਹਦੀ ਵੀ ਆਪਾਂ ਖੋਲ੍ਹਾਂਗੇ। ਜਿੰਨਾ ਚਿਰ ਕਬੱਡੀ ਰਹਿਣੀ ਆ ਨਾ, ਕਬੱਡੀ ਦੇ ਬਾਰੇ ਕੋਈ ਗੱਲ ਹੋਣੀ ਆ ਗੇਮ ਛੱਡਣ ਤੋਂ ਬਾਅਦ ਵੀ, ਤਾਂ ਖੁਸ਼ੀ ਦਾ ਨਾਮ ਕਬੱਡੀ ਦੇ ਵਿੱਚ ਆਉਣਾ ਹੀ ਆਉਣਾ, ਕਿਉਂਕਿ ਬੰਦੇ ਨੇ ਆਪਦਾ ਹਾਰਡ ਵਰਕ ਕੀਤਾ ਨਾ, ਨਾਂ ਬਣਾਇਆ। ਕੋਈ ਜੋਬ ਹੁੰਦੀ ਆ ਉਹਦਾ ਠੀਕ ਆ, ਬੰਦਾ ਰਿਟਾਇਰ ਹੋ ਗਿਆ ਤੋ ਲੈ ਗਿਆ ਕਰ ਗਿਆ, 100 ਗੱਲਾਂ ਹੁੰਦੀਆਂ। ਇਹ ਤਾਂ ਉਹਨੇ ਆਪਣੇ ਪੋਸਟਾਂ ਤੱਕ ਦੀ ਕਮਾਈ ਕਰੀ ਆ, ਉਹਦੀ ਹਾਰਡ ਵਰਕ ਕੀਤਾ ਨਾ, ਮਿਹਨਤ ਕਰੀ ਆ, ਕਿਸੇ ਤੋਂ ਖੋਹਿਆ ਨਹੀਂ, ਨਾਂ ਆਪਦਾ ਆਪ ਬਣਾਇਆ। ਅਤੇ ਸੋਚੀ ਉਹਨੂੰ ਚਾਰ ਬੰਦੇ ਉੱਠ ਕੇ ਉਹਨੂੰ ਕੋਈ ਗਲਤ ਕਹਿਣਗੇ ਇਹਨਾਂ ਚੀਜ਼ਾਂ ਨਾਲ, ਉਹ ਨਾਮ ਨਹੀਂ ਖਰਾਬ ਹੋਣ ਲੱਗਿਆ। ਠੀਕ ਆ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਹਰ ਲਈ ਖੁਸ਼ੀ ਚੰਗਾ ਨਹੀਂ ਅਤੇ ਹਰ ਲਈ ਖੁਸ਼ੀ ਮਾੜਾ ਵੀ ਨਹੀਂ। ਅਤੇ ਹੋਰ ਬਾਈ ਜੀ ਜਿੰਨੇ ਵੀ ਲਾਈਵ ਨਾਲ ਜੁੜ ਚੁੱਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਆਹ ਗਰਾਊਂਡ 'ਚ ਖੜ੍ਹੇ ਸੀ ਆਪਣੇ ਪਿੰਡ ਕੈਂਪ ਜਿੱਥੇ ਆਪਾਂ ਲਵਾਉਂਦੇ ਹਾਂ, ਮੁੰਡੇ ਕੋਲ ਸਕੂਅਰ ਰਹੇ ਆ ਅਤੇ ਆਹ ਬੋਰ ਕਰ ਰਹੇ ਹਾਂ ਆਪਾਂ ਹਜੇ ਕੈਂਪ ਦੇ ਵਿੱਚ ਹੀ ਆਪਣੇ। ਬਾਅਦ ਦੇ ਵਿੱਚ ਆਪਣਾ ਕੈਂਪ ਸਟਾਰਟ ਆਉਣਾ, ਕਿਉਂਕਿ ਪਾਣੀ ਦੀ ਪ੍ਰੋਬਲਮ ਆਉਂਦੀ, ਪੀਣ ਪੂਣ ਜੋਗਾ ਤਾਂ ਹੋ ਜਾਂਦਾ ਸੀ ਵਾਟਰ ਬਾਕਸ ਤੋਂ, ਅਤੇ ਪਲੇਅਰਾਂ ਦੇ ਨਹਾਉਣ ਦੀ ਦਿੱਕਤ ਆਉਂਦੀ ਥੋੜ੍ਹੀ ਜਿਹੀ, ਹਜੇ ਪਿੰਡ ਵਾਲੀਆਂ ਜੀ 10-12 ਜਿੱਥੇ 9ਵੇਂ ਮਹੀਨੇ 'ਚ ਆਪਣਾ ਕੈਂਪ ਸਟਾਰਟ ਹੋ ਜਾਣਾ। ਠੀਕ ਆ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਮੈਂ ਕਰਨ ਲਾਈਵ ਬੰਦ ਕਰਨ ਲੱਗਾ, ਕਿਉਂਕਿ ਮੈਂ ਮੇਨ ਖੁਸ਼ੀ ਭਰਾ ਦੇ ਕਰਕੇ ਆਪਾਂ ਸੀਗਾ, ਆਪਾਂ ਨੂੰ ਗਲਤ ਲੱਗਿਆ ਨਾ। ਮੈਂ ਬੋਰਡ ਜੀ ਦੇ ਵਿੱਚ ਉਲਝੇ ਵੀ ਸੀ ਅਤੇ ਵੀਡੀਓ ਕੱਲ੍ਹ ਦੇਖੀ ਆ ਤਾਂ ਬਹੁਤ ਹਾਰਟ ਹੋਏ ਦੇਖ ਕੇ ਵੀ ਲੋਕ ਯਾਰ ਕੀ ਕਰੀ ਜਾਂਦੇ ਆ। ਕੈਂਪ ਸਟਾਰਟ ਹੋ ਜਾਂਦੇ, ਘੱਟ ਤਾਂ ਇੱਥੇ ਹੋਣੀ ਨਹੀਂ।